ਅਕਾਲ ਚਲਾਣਾ ਦਾ ਜਥੇਦਾਰ ਸਾਹਿਬ ਜੀ ਦੇ ਸਾਰੇ ਹੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਪਰਿਵਾਰ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਬਹੁਤ ਵੱਡਾ ਦੁੱਖ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਲੰਮਾ ਸਮਾਂ ਬਹੁਤ ਵੱਡੀ ਸੇਵਾ ਕੀਤੀ ਔਰ ਬੜੇ ਪੱਕੇ ਇਰਾਦੇ ਦੇ ਬੜੀਆਂ ਐਜੀਟੇਸ਼ਨਾਂ ਲੜੀਆਂ ਲੜਾਈਆਂ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਜਿਹੜਾ ਉਹ ਸਮੁੱਚੇ ਪੰਜਾਬ ਨੂੰ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਇੰਨੇ ਲੰਮੀ ਸਿਆਸੀ ਜੀਵ ਦੇ ਬਾਅਦ ਅੱਜ ਜਦੋਂ ਸੰਸਾਰ ਤੋਂ ਅਲਵਿਦਾ ਕਹਿ ਕੇ ਗਏ ਨੇ ਉਹਨਾਂ ਦੀ ਚਾਦਰ 'ਤੇ ਕੋਈ ਧੱਬਾ ਨਹੀਂ ਕੋਈ ਦਾਗ ਨਹੀਂ। ਜਿੰਨਾ ਚਿਰ ਉਹ ਜੀਂਦੇ ਰਹੇ ਉਹਨਾਂ ਨੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਉਹਨਾਂ ਨੇ ਹਮੇਸ਼ਾ ਹੀ ਸੱਚ ਬੋਲਿਆ, ਚਾਹੇ ਉਹਨਾਂ ਨੂੰ ਵੱਡੀ ਤੋਂ ਵੱਡੀ ਉਹਦੀ ਕੁਰਬਾਨੀ ਕਰਨੀ ਪਈ। ਸਮੁੱਚੀ ਸਿੱਖ ਕੌਮ ਨੇ, ਸਿੱਖ ਪੰਥ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ, ਦੇਸ਼ ਵਿਦੇਸ਼ ਬੈਠੇ ਲੋਕਾਂ ਨੇ ਔਰ ਖਾਸ ਤੌਰ 'ਤੇ ਮੇਰੇ ਪਿਤਾ ਦੇ ਸਮਾਨ ਸਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸਮੁੱਚਾ ਮੰਤਰੀ ਮੰਡਲ MLA MP ਸਾਹਿਬਾਨ ਵਰਕਰ ਸਾਹਿਬਾਨ ਪਿੰਡਾਂ ਦੇ ਪੰਚ ਸਰਪੰਚ ਵਰਕਰ ਸਾਹਿਬਾਨਾਂ ਨੇ ਸਾਡੇ ਦੁੱਖ ਵੰਡਾਇਆ। ਮੈਂ ਉਹਨਾਂ ਦਾ ਸਾਰਿਆਂ ਦਾ ਮੈਂ ਆਪਣੇ ਵੱਲੋਂ ਅਤੇ ਮੇਰੇ ਛੋਟੇ ਭਰਾ ਮੈਂਬਰ ਸ਼੍ਰੋਮਣੀ ਕਮੇਟੀ ਸਰਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ, ਮੇਰੀ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਜੀ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ।